ਸ਼੍ਰੀਕਾਲ ਜੀ ਮੈਂ ਧਰਮਿੰਦਰ ਸਿੰਘ ਜਨਰਲ ਸਕੱਤਰ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਜਿੱਥੇ ਪਿਛਲੇ ਲੰਬੇ ਸਮੇਂ ਤੋਂ ਚੱਲਿਆ ਕਿਸਾਨੀ ਅੰਦੋਲਨ ਦਿੱਲੀ ਦੀ ਅੱਡ ਅੱਡ ਪੰਜ ਬਰੂਹਾਂ ਦੇ ਉੱਪਰ ਚੱਲਿਆ ਨੂੰ ਅੱਜ ਵੀ ਚੱਲਦਾ ਪਿਆ ਹੈ ਤੇ ਕੱਲ ਦੇ ਇਤਿਹਾਸਿਕ ਘੜੀ ਦੇ ਵਿੱਚ ਕਿ ਭਾਰਤ ਦੀ ਸੱਤਾ ਦੇ ਉੱਪਰ ਬੈਠੇ ਹੋਏ ਹੈਂਕੜਬਾਜ਼ ਪ੍ਰਧਾਨ ਮੰਤਰੀ ਨੇ ਇਹ ਐਲਾਨ ਕੀਤਾ ਵੀ ਇਹ ਖੇਤੀ ਦੇ ਕਾਲੇ ਕਾਨੂੰਨ ਰੱਦ ਲਵਾਂਗੇ ਵਾਪਸ ਕਰਾਂਗੇ ਤੇ ਅਸੀਂ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵੱਲੋਂ ਪਿੰਡ ਘੜਕਾ ਤਹਿਸੀਲ ਖਡੂਰ ਸਾਹਿਬ ਹਲਕਾ ਖਡੂਰ ਸਾਹਿਬ ਤੋਂ ਪੂਰੀ ਕਿਸਾਨ ਜਥੇਬੰਦੀਆਂ ਨੂੰ ਪੰਜਾਬ ਦੇ 32 ਉਹਨਾਂ ਨੁਮਾਇੰਦਿਆਂ ਨੂੰ ਵਧਾਈ ਦਿੰਦੇ ਹਾਂ ਤੇ ਸਲਾਮ ਵੀ ਪੇਸ਼ ਕਰਦੇ ਹਾਂ ਵੀ ਉਹਨਾਂ ਦੇ ਕੀਤੇ ਦੇ ਉਹਨਾਂ ਦੇ ਹੌਸਲੇ ਤੇ ਯਕੀਨ ਨੇ ਇਸ ਘੋਲ ਨੂੰ ਪੂਰੇ ਪੰਜਾਬ ਦੇ ਇਹਨਾਂ ਪਿੰਡਾਂ 'ਚੋਂ ਲੈ ਕੇ ਦਿੱਲੀ ਦੇ ਅੱਡ ਅੱਡ ਬਾਰਡਰਾਂ ਤੱਕ ਵੀ ਲੈ ਕੇ ਗਏ ਉਸ ਕੇਂਦਰ ਸਰਕਾਰ ਨੂੰ ਵੀ ਘੇਰਿਆ ਤੇ ਨਾ ਲੱਗਦੀਆਂ ਉਹਨਾਂ ਤਾਕਤਾਂ ਨੂੰ ਜਿਹੜੀਆਂ ਲਗਾਤਾਰ ਇਸ ਮੋਰਚੇ ਨੂੰ ਖੇਰੂ ਖੇਰੂ ਕਰਨ ਦੇ ਲਈ ਇਸ ਮੋਰਚੇ ਨੂੰ ਖਰਾਬ ਕਰਨ ਦੇ ਲਈ ਯਤਨ ਕਰ ਰਹੀਆਂ ਸੀ ਉਹਨਾਂ ਨੂੰ ਵੀ ਵੰਗਾਰ ਕੇ ਇਸ ਮੋਰਚੇ ਨੂੰ ਤਕੜਾ ਕਰਕੇ ਅੱਜ ਇਸ ਮੋਰਚੇ ਨੂੰ ਜਿਹੜਾ ਸਿਰੇ ਲਾਇਆ ਅੱਜ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਨੌਜਵਾਨਾਂ ਨੇ ਪਿੰਡ ਘੜਕੇ ਦੇ ਵਿੱਚ ਖਡੂਰ ਸਾਹਿਬ ਦੇ ਵਿੱਚ ਇੱਕ ਕਾਨਫਰੰਸ ਕਰਕੇ ਕਿਸਾਨਾਂ ਨੂੰ ਵਧਾਈ ਵੀ ਦਿੱਤੀ ਹੈ ਤੇ ਸਲਾਮ ਵੀ ਪੇਸ਼ ਕੀਤਾ ਤੇ ਉਹਨਾਂ ਕਿਸਾਨਾਂ ਦੇ ਉਹਨਾਂ ਕੀਤਿਆਂ ਨੂੰ ਯਾਦ ਵੀ ਕੀਤਾ ਤੇ 671 ਕਿਸਾਨ ਜਿਹੜੇ ਸ਼ਹੀਦ ਹੋਏ ਹੈ ਇਸ ਕਿਸਾਨੀ ਅੰਦੋਲਨ ਨੂੰ ਤਕੜਾ ਕਰਨ ਦੇ ਲਈ ਇਸ ਕਿਸਾਨੀ ਅੰਦੋਲਨ ਨੂੰ ਤੇ ਜਿੱਤਣ ਦੇ ਲਈ ਉਹਨਾਂ ਨੂੰ ਵੀ ਸਲਾਮ ਪੇਸ਼ ਕੀਤਾ ਉਹਨਾਂ ਨੂੰ ਯਾਦ ਵੀ ਕੀਤਾ ਤੇ ਤੈਅ ਕੀਤਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਪਿੰਡ ਪਿੰਡ ਇਹਨਾਂ ਕਿਸਾਨ ਜਥੇਬੰਦੀਆਂ ਦੀ ਇਹਨਾਂ ਨੌਜਵਾਨ ਜਥੇਬੰਦੀਆਂ ਦੇ ਝੰਡੇ ਫੜ ਕੇ ਇਹਨਾਂ ਮਸਲਿਆਂ ਨੂੰ ਲੈ ਕੇ ਹੋਰ ਤਿੱਖਾ ਕਰਕੇ ਸੰਘਰਸ਼ ਦੀ ਉਸਾਰੀ ਕਰਨਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੱਡੇ ਲੋਕ ਕੋਲਾਂ ਦੇ ਨਾਲ ਆਉਣ ਵਾਲੀ ਲੰਬੀ ਜਿੱਤਾਂ ਦੀ ਜਿਹੜੀ ਹੈ ਉਹ ਨੀਂਹ ਰੱਖਣਗੇ ਤੇ ਇੱਥੋਂ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵੱਲੋਂ ਸੰਯੁਕਤ ਮੋਰਚੇ ਨੂੰ ਤੇ ਪੰਜਾਬ ਦੀ 32 ਕਿਸਾਨ ਜਥੇਬੰਦੀਆਂ ਨੂੰ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵੱਲੋਂ ਅਸੀਂ ਸਲਾਮ ਪੇਸ਼ ਕਰਦੇ ਹਾਂ ਵੀ ਉਹਨਾਂ ਦੇ ਅਕੀਦੇ ਨੇ ਉਹਨਾਂ ਦੇ ਹੌਸਲੇ ਨੇ ਇਸ ਸੰਘਰਸ਼ ਨੂੰ ਸਿਰੇ ਲਾਇਆ ਜਿਤਾ ਕੇ ਦੱਸਿਆ ਤੇ ਇਹ ਸਾਡੇ ਵਿੱਚ ਜਨੂਨ ਭਰਿਆ ਵੀ ਜੇ ਏਕਾ ਕਰੀਏ ਜੇ ਜਥੇਬੰਦਕ ਤਾਕਤ ਨੂੰ ਮਜ਼ਬੂਤ ਕਰੀਏ ਤੇ ਘੋਲਾ ਨੂੰ ਨਿਰਣਾਇਕ ਮੋੜ ਤੱਕ ਲੈ ਕੇ ਜਾ ਸਕਦੇ ਹਾਂ ਘੋਲਾ ਨੂੰ ਜਿਤਾ ਸਕਦੇ ਹਾਂ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਸੰਯੁਕਤ ਕਿਸਾਨ ਮੋਰਚਾ ਜ਼ਿੰਦਾਬਾਦ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਜ਼ਿੰਦਾਬਾਦ ਜ਼ਿੰਦਾਬਾਦ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਜ਼ਿੰਦਾਬਾਦ ਜ਼ਿੰਦਾਬਾਦ ਧੰਨਵਾਦ ਜੀ।